ਵਿੱਚ ਸਾਡੀ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਗਾਇਕ ਬਣ ਚੁੱਕੇ ਨੇ ਜੋ ਜਦ ਵੀ ਆਪਣਾ ਨਵਾਂ ਗਾਣਾ ਲੈ ਕੇ ਆਉਂਦੇ ਨੇ ਉਹ ਗਾਣਾ ਟ੍ਰੈਂਡਿੰਗ ਦੇ ਵਿੱਚ ਹੋਵੇ, ਇਹ ਗੱਲ ਲਾਜ਼ਮੀ ਹੋ ਚੁੱਕੀ ਹੈ। ਉਹਨਾਂ ਦੇ ਗਾਣਿਆਂ ਦੀ ਜੇ ਅਸੀਂ ਗੱਲ ਕਰੀਏ, ਲੁਟੇਰਾ, ਗਲਤ ਬੰਦੇ, ਰੀਲਾਂ ਵਾਲਾ ਡੈਕ, ਨਾਨ ਤੇ ਰਿਗਰੈਟ, ਇਹ ਸਾਰੇ ਗਾਣੇ ਕਾਫੀ ਜ਼ਿਆਦਾ ਹਿੱਟ ਗਏ ਨੇ। ਟ੍ਰੈਂਡਿੰਗ ਦੇ ਵਿੱਚ ਵੀ ਕੁਝ ਗਾਣੇ ਰਹੇ ਨੇ, ਉੱਥੇ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ ਉਹਨਾਂ ਨੂੰ ਤੇ ਉਹਨਾਂ ਦੀ ਗਾਇਕੀ ਨੂੰ। ਤੇ ਇਸ ਦੇ ਨਾਲ ਹੀ ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ ਸੌਂਗ ਗਲਤ ਬੰਦੇ, ਜੋ ਕਿ ਕਾਫੀ ਜ਼ਿਆਦਾ ਹਿੱਟ ਗਿਆ ਤੇ ਨਾਲ ਦੇ ਨਾਲ 10 ਮਿਲੀਅਨ ਕ੍ਰੋਸ ਵੀ ਕਰ ਚੁੱਕਾ ਹੈ। ਇਸ ਦੀ ਖੁਸ਼ੀ ਨੂੰ ਵੀ ਜ਼ਾਹਿਰ ਕੀਤਾ ਸੀ ਆਰਨੇਤ ਨੇ ਨੱਚਦੇ ਟੱਪਦੇ ਚ, ਤੇ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਆਪਣੇ ਇੰਸਟਾਗ੍ਰਾਮ ਹੈਂਡਲ ਤੇ। ਸੋ ਜੇ ਚੈੱਕ ਕਰਦੇ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ, ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆਰਨੇਤ ਨਾਲ ਰਿਲੇਟਡ ਇੱਕ ਨਵੀਂ ਅਪਡੇਟ। ਇੰਸਟਾਲ ਕਰੋ ਗੱਭਰੂ ਐਪ, ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।